ਆਪਾਂ ਅੱਜ ਪਿੰਡਾਂ ਦੇ ਵਿੱਚ ਆਪਣੀ ਮੋਟਰਸਾਈਕਲ ਰੈਲੀ ਕਰ ਰਹੇ ਹਾਂ, ਉਸ ਦੇ ਬਾਰੇ ਕੋਈ ਜਾਣਕਾਰੀ ਦਿਓ। ਇਹ ਸਾਡੇ ਕਿਸਾਨ ਯੂਨੀਅਨ ਏਕਤਾ ਵਰਾਹਾਂ ਵੱਲੋਂ ਜਿਹੜੀ ਅੱਜ ਰੈਲੀ ਕੀਤੀ ਜਾ ਰਹੀ ਹੈ, ਇਹ ਇੱਕ ਜਾਗਰੂਕ ਰੈਲੀ ਹੈ ਜਿਹੜੀ ਸਾਡੀ ਜਥੇਬੰਦੀ ਵੱਲੋਂ ਪ੍ਰੋਗਰਾਮ ਦਿੱਤੇ ਗਏ ਨੇ। 21 ਤਰੀਕ ਵੀ ਸਾਡਾ ਪ੍ਰੋਗਰਾਮ ਆ ਜਿਹੜਾ ਸੁਨਾਮ ਜਿੱਥੇ ਦਾਣਾ ਮੰਡੀ ਦੇ ਵਿੱਚ, ਉੱਥੇ ਯੂਥ ਨੂੰ ਇਕੱਠੇ ਕਰਨਾ, ਜਵਾਨੀ ਨੂੰ ਇਕੱਠੇ ਕਰਨਾ, ਆਪਣੀਆਂ ਗੱਡੀਆਂ ਆਪਣੇ ਆਪਣੇ ਸਾਧਨ ਲੈ ਕੇ ਸਾਰੇ ਜਿਹੜੇ ਨੌਜਵਾਨ ਨੇ ਉੱਥੇ ਜਾਣਗੇ। ਇੱਕ ਬਹੁਤ ਵੱਡਾ ਇਕੱਠ ਕਰਕੇ ਦਿਖਾਵਾਂਗੇ ਅਸੀਂ ਸਰਕਾਰ ਨੂੰ। ਜਿਹੜੀ ਸਰਕਾਰ ਇਹ ਕਹਿ ਰਹੀ ਹੈ ਕਿ ਨੌਜਵਾਨ ਪਿੱਛੇ ਹਟਣ ਜਾ ਰਹੇ ਨੇ, ਪਰ ਉਹ ਅਸੀਂ 21 ਤਰੀਕ ਵਾਲੇ ਦਿਨ ਉੱਥੇ ਰੈਲੀ ਕਰਕੇ ਦਿਖਾਵਾਂਗੇ। ਇਹ ਅਸੀਂ ਜਾਗਰੂਕ ਰੈਲੀ ਜਿਹੜੀ ਅੱਜ ਮੋਟਰਸਾਈਕਲ 'ਤੇ ਕੱਢ ਰਹੇ ਹਾਂ ਸਾਡੇ ਪਿੰਡਾਂ ਦੇ ਵਿੱਚ। ਉਹ ਰੈਲੀ ਇਸੇ ਕਰਕੇ ਹੈ ਕਿ 22 ਤਰੀਕ ਨੂੰ ਅਸੀਂ ਦਿੱਲੀ ਵਿਖੇ ਪਹੁੰਚਣਾ ਹੈ, 23 ਤਰੀਕ ਨੂੰ ਸਾਡਾ ਉੱਥੇ ਜਿਹੜਾ ਪ੍ਰੋਗਰਾਮ ਹੈ ਭਗਤ ਸਿੰਘ ਰਾਜਗੁਰੂ ਸੁਖਦੇਵ ਸਵਾਮੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਦੇ ਵਿੱਚ, ਉੱਥੇ ਬਹੁਤ ਵੱਡਾ ਇਕੱਠ ਦਿਖਾਉਣਾ ਹੈ। ਪੱਗਾਂ ਬੰਨ੍ਹ ਕੇ ਬਸੰਤੀ ਪੱਗਾਂ ਬਸੰਤੀ ਪਰਨੇ ਬੰਨ੍ਹ ਕੇ ਉੱਥੇ ਪਹੁੰਚਣਾ ਹੈ। ਜਿਵੇਂ 8 ਤਰੀਕ ਨੂੰ ਮਹਿਲਾ ਦਿਵਸ ਦੇਖਿਆ ਸੀ, ਉੱਥੇ ਬਹੁਤ ਵੱਡਾ ਵਿਸ਼ਾਲ ਇਕੱਠ ਕੀਤਾ ਸੀ, ਇਸੇ ਤਰ੍ਹਾਂ ਅਸੀਂ ਉੱਥੇ ਇੱਕ ਬਹੁਤ ਵੱਡਾ ਇਕੱਠ ਦਿਖਾਉਣਾ ਆਪਣੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਟੇਜ ਦੇ ਉੱਤੇ। ਉਹਨਾਂ ਅਸੀਂ ਉੱਥੇ ਸਾਰਾ ਯੂਥ ਇਕੱਠਾ ਕਰਨਾ, ਉੱਥੇ ਯੂਥ ਦੀ ਅਗਵਾਈ ਕਰਨਗੇ, ਯੂਥ ਹੀ ਸਾਰੇ ਉੱਥੇ ਸਟੇਜ ਸੰਭਾਲਣਗੇ। ਸਰਦਾਰ ਉਗਰਾਹਾਂ ਸਾਹਿਬ ਸਾਡੇ ਪ੍ਰਧਾਨ ਸਾਹਿਬ ਜਿਹੜੇ ਉਹ ਇਸ ਜਿਹੜੀ ਰੈਲੀ ਦੀ ਅਗਵਾਈ ਕਰਨਗੇ। ਸੋ ਅਸੀਂ ਜਾਗਰੂਕ ਕਰਨ ਵਾਸਤੇ ਇਹ ਅੱਜ ਜਿਹੜੀ ਰੈਲੀ ਕੱਢ ਰਹੇ ਹਾਂ ਮੋਟਰਸਾਈਕਲਾਂ ਦੀ, ਉਹ ਪਿੰਡਾਂ ਪਿੰਡਾਂ ਦੇ ਵਿੱਚ ਕੱਢ ਰਹੇ ਹਾਂ। ਬੌੜਾ ਕਲਾਂ ਜਿਹੜਾ ਸਾਡਾ ਪਿੰਡ ਸਾਡੀ ਇਕਾਈ ਹੈ, ਇਹਦੇ ਸਾਡੇ ਪ੍ਰਧਾਨ ਸਾਹਿਬ ਔਰ ਸਾਡੇ ਜਿਹੜੇ ਮੁਖੀ ਨੇ ਮੁੰਡੇ, ਇਹ ਸਾਰੇ ਮੁਖੀ ਹੋ ਕੇ ਸਾਰੇ ਮੋਟਰਸਾਈਕਲਾਂ ਨੂੰ ਅਗਵਾਈ ਦੇ ਰਹੇ ਨੇ। ਕਈ ਪਿੰਡਾਂ ਦੇ ਵਿੱਚ ਰੈਲੀ ਕੱਢ ਕੇ ਅਸੀਂ ਵਾਪਸ ਇਸ ਪਿੰਡ ਪਹੁੰਚਾਂਗੇ। ਸੋ ਇੰਨਾ ਕੁ ਸਾਡਾ ਇਹ ਪ੍ਰੋਗਰਾਮ। ਕਿਸਾਨ ਯੂਨੀਅਨ ਏਕਤਾ ਗਰਾਹਾਂ ਜਿੰਦਾਬਾਦ, ਕਿਸਾਨ ਯੂਨੀਅਨ ਏਕਤਾ ਗਰਾਹਾਂ ਜਿੰਦਾਬਾਦ, ਮੋਦੀ ਸਰਕਾਰ ਮੁਰਦਾ, ਕਾਲੇ ਕਾਨੂੰਨ ਰੱਦ ਕਰੋ, ਰੱਦ ਕਰੋ, ਰੱਦ ਕਰੋ, ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦੇਣਗੇ ਠੋਕੇ, ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦੇਣਗੇ ਠੋਕੇ, ਟੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ, ਭਗਤ ਸਿੰਘ ਤੇਰੀ ਸੋਚ ਤੇ ਜੈ ਜਵਾਨ ਜੈ।